ਵਿੱਚ ਹੀ ਹੈ ਸਾਰਾ ਕੁਛ। ਚਲੋ ਜੀ, ਇਹ ਮੇਰਾ ਔਰਗੈਂਜਾ ਦਾ ਜਿਹੜੇ ਆਪਾਂ 5-6 ਕਲਰ ਪਾਏ ਸੀਗੇ ਉਹਨਾਂ ਵਾਲਾ ਸੂਟ ਆ ਜਿਹੜਾ ਰੈਡੀ ਹੋ ਗਿਆ। ਮੈਂ ਇਸ ਤਰ੍ਹਾਂ ਦਾ ਮਿੱਠਾ ਮਜੈਂਟਾ ਜਿਹਾ ਕਲਰ ਹੈ ਇਹ ਮੈਂ ਰੈਡੀ ਕਰਕੇ ਪਾ ਲਿਆ। ਇਹਦੇ ਵਿੱਚ ਤੁਹਾਨੂੰ 5 ਕਲਰ ਮਿਲ ਜਾਣਗੇ ਜੇ ਤੁਸੀਂ ਲੈਣਾ। ਬਹੁਤ ਸੋਹਣੇ ਬਣਦੇ ਨੇ ਇਹ, ਬਹੁਤ ਪ੍ਰਿੰਟ ਵਧੀਆ ਲੱਗਦਾ। ਦੇਖੋ ਮੇਰੇ ਪਾਇਆ ਕਿਵੇਂ ਲੱਗਦਾ। ਆਪਾਂ ਨੇ ਐਵੇਂ ਟਾਈ ਡਾਈ 3 ਕਲਰ ਦਾ ਰੱਖਿਆ ਜੀ, ਇਹਦੇ ਨਾਲ ਸੋਫਟ ਬਰਬਰੀ ਦਾ ਦੁਪੱਟਾ ਜੀ। ਚਲੋ ਜੀ, ਹੁਣ ਆਪਾਂ ਚੱਲਦੇ ਹਾਂ। ਟਾਈਮ ਦੇਖੋ ਸਾਨੂੰ 2:30-3 ਹੋ ਜਾਣਗੇ, ਹਜੇ ਫੋਟੋ ਸ਼ੂਟ ਚੱਲ ਰਿਹਾ ਬੱਚਿਆਂ ਦਾ। ਅਤੇ ਮੈਂ ਜਿੰਦੇ ਲਾ ਹਾਂ, ਇਹ ਫਰਿੱਜ ਖੁੱਲ੍ਹਾ ਪਿਆ ਹੈ, ਦੇਖ ਲਾ ਬੱਚਿਆਂ ਦੀ ਅਲਗਰਜੀ ਐਸੀ ਹੈ। ਪੰਜ ਵੱਜਦੇ ਨੂੰ ਘਰੇ ਮੁੜ ਕੇ ਆਉਣਾ, ਇੱਥੇ ਟਾਈਮ ਲਾਤਾ। ਮੈਂ ਹੀ ਖੋਲਾਂ ਗੇਟ, ਹਾਏ ਹਾਏ ਦਮੋ ਕੱਢ ਦਿੰਦੇ ਨੇ ਗੰਜਰ ਮੈਨੂੰ ਤਾਂ। ਹਾਂ ਕੱਟਾਂਗੇ, ਪੇਸਟੀਆਂ ਧਰ ਲਾਂਗੇ, ਮੇਰੇ ਤਾਂ ਯਾਦ ਹੀ ਨਹੀਂ ਤੀ। ਓਹ ਪੈਟੀਆਂ, ਮੇਰੇ ਤਾਂ ਯਾਦ ਹੀ ਨਹੀਂ ਤੀ। ਹਾਏ ਖੁੱਲ ਜਾਵੇ ਕੋਈ ਤਾਂ ਬਾਲਾ। ਤੂੰ ਨਹੀਂ ਜਾਣਾ ਲਵੇੜੂ ਪਿੰਦਰ ਨਾ, ਤੈਨੂੰ ਲਵੇੜੂ ਕਾਹੇ, ਕਿੱਥੇ ਫਸੂਗਾ ਹੁਣ, ਇਹ ਉਤਰਦਾ ਨਹੀਂ ਹੈਗਾ। ਦੇਖੀ ਲੈ ਚੱਕ ਖੜ ਗਿਆ, ਲੈ ਜੋ ਨਾ, ਇਹਨੂੰ ਬੈਠਣ ਦਾ ਵੀ ਨਹੀਂ ਲੱਖਣਾ। ਚੱਲ ਹੁਣ ਇਹ ਨਹੀਂ ਪਤਾ ਸੀਟ 'ਤੇ ਬੈਠੂਗਾ, ਹੱਥ ਮਾਰ ਦੇਣ। ਦੇਖ ਲੈ ਦੇਖ ਲੈ, ਖੜ ਜਾ ਖੜ ਜਾ, ਬਹਿ ਜਾ ਚੰਗਾ ਸ਼ਫੀ, ਬਹਿ ਜਾ ਬਹਿ ਜਾ। ਹੁਣ ਇਹਨੇ ਉਤਰਨਾ, ਦੇਖੀ ਕੀ ਆ ਗਿਆ ਉਧਰ, ਮੂਹਰੇ ਖੜਕਦਾ ਕੁਛ, ਬਾਹਰ ਇਹਨੂੰ ਵਿੜਕਾਉਂਦੀ ਆ। ਸੈਫੀ ਬਾਏ, ਕਿੱਥੇ ਜਾਣਾ ਸੈਫੀ, ਸੁਣਦਾ ਇਹਨੂੰ ਨਾ। ਲੈ ਇਹ ਹੁਣ ਮਾਂਗਰ ਜਾਊਗਾ। ਚਲੋ ਵੀ ਝੂਟੀ ਆ ਗਈ ਪੁੱਤਿਆਂ ਦੇ, ਸੈਫੀ ਵੀ ਝੂਟੇ ਲੈਂਦਾ ਆਪਣੇ ਦਾ। ਨਹੀਂ ਆ ਜਾ ਭੈਣੇ, ਸਾਡੀ ਕੁੜੀ ਦੀ ਤਿਆਰੀ ਨਹੀਂ ਹੁੰਦੀ। ਇਹਦੇ ਨਾ ਮਾਰੀ ਮੂਹਰੇ, ਕਦੇ ਹਵਾ ਆ ਜਾਂਦੀ ਹੈ। ਬਸ ਬੈਕ ਕਰ ਲਿਆ, ਗਾਹਾਂ ਕਾਹਤੋਂ ਲੈ ਜਾਣਾ ਉਹਨੇ ਕਾਮੜਾ ਹੀ। ਲੈ ਹੈ ਕੋਈ ਚੱਕਰ, ਆਰਾਮ ਨਾਲ ਖੜਾ ਪੁੱਤਿਆਂ ਦੇ। ਲੈ ਚੱਲ ਮੈਂ ਉਹ ਚੱਕ ਲਿਆ, ਮੈਂ ਪਾ ਲਿਆ ਕੇਕ। ਕਿਤੇ ਗੇਟ ਤਾਂ ਲਾ ਲੈਂਦੀ, ਚਲੋ ਕੌਣ ਜਾ, ਕੀ ਹੋ ਗਿਆ ਹੁਣ। ਉਹ ਸਾਹਿਬ ਹੀ ਨਿਕਲਿਆ ਬਾਹਰੇ, ਸਾਹਿਬ ਹੀ ਚੱਲ ਚੱਲ ਅੰਦਰ, ਚੱਲ ਅੰਦਰ ਬਾਹਰ ਡਾ ਦੇਦਾ। ਮੈਂ ਤਾਂ ਮਾਂਗਰ ਬੈਠੂ, ਆਹੋ ਉੱਥੋਂ ਪਵਾ ਚਲਾ ਲਿਓ।
ਮੇਰਾ ਵੀ ਮੁੱਕਣ ਵਾਲਾ ਸੱਚ ਮੇਰੇ ਵਾਲੇ ਨਾਲ ਹੌਟਸਪੋਟ ਕਰ ਲਓ ਮੈਂ ਤੁਹਾਡੀ ਹੌਟਸਪੋਟ ਛੱਡ ਦਿੰਦੀ ਹਾਂ ਆਹ ਤਾਂ ਯਾਰ ਮੈਨੂੰ ਗਲਤ ਕੰਮ ਕਰਤਾ ਤੁਸੀਂ ਨੇ ਕੀ ਕਰਤਾ ਚਲੋ ਜੀ ਆਪਾਂ ਪਹੁੰਚ ਗਏ ਪਹੁੰਚਦੇ ਕਰਦੇ ਆਪਾਂ ਨੂੰ ਪੌਣੇ ਚਾਰ ਹੋ ਗਏ ਤੇ ਥੋੜੇ ਥੋੜੇ ਨਾਲ ਹੀ ਟਾਈਮ ਲੱਗ ਜਾਂਦਾ ਬਸ ਆਪਾਂ ਵਾਪਸ ਵੀ ਮੁੜਨਾ ਪੰਜ ਸਵਾ ਪੰਜ ਵਜੇ ਆਪਾਂ ਤੇ ਇਕੱਲਾ ਕੇਕ ਹੀ ਕੱਟਣਾ ਆ ਆਪਾਂ ਇੱਥੇ ਥੋੜਾ ਜਿਹਾ ਦੋ ਕੁ ਘੰਟਿਆਂ 'ਚ ਕੰਮ ਨਿਬੇੜ ਕੇ ਆਪਾਂ ਘਰ ਵਾਪਸ ਚਲੇ ਜਾਵਾਂਗੇ ਥੋੜ੍ਹੇ ਥੋੜ੍ਹੇ ਨਾਲ ਟਾਈਮ ਲੱਗ ਜਾਂਦਾ ਅਤੇ ਤੁਸੀਂ ਦੇਖੋ ਇੰਜੋਏ ਕਰੋ ਬਲੌਗ ਨਾਲ ਸੱਚਦੀਪ ਦੇ ਬਰਥਡੇ 'ਤੇ ਅੱਜ ਮੈਂ ਬਾਹਰ ਨਹੀਂ ਖੋਲ੍ਹਿਆ ਮੈਂ ਕਿਹਾ ਆਪੀ ਖੋਲ੍ਹਣਗੇ ਆਪਾਂ ਵਿੱਚ ਬੈਠੇ ਰਹੋ ਹਾਰਨ ਮਾਰੀ ਗਏ ਅੰਦਰੋਂ ਕੱਢ ਕੇ ਲਿਆਉਂਦੇ ਨੇ ਵੀ ਗੋਲੂ ਕੌਣ ਆ ਗਿਆ ਇੱਥੇ ਕਣੀ ਝਾਕਦਾ ਇਹਦੇ ਨਾਲ ਹੀ ਆ ਵੀ ਅੱਖ ਮੈਂ ਕਿੰਦਰ ਨਾਲ ਘੱਟ ਹੀ ਮਿਲਿਆ ਹੁੰਦਾ ਉਹ ਦੂਜੀ ਭੈਣ ਕਿੱਥੇ ਨਾ ਬੋਲਦਾ ਉਹ ਸੁੱਤੀ ਹੋਈ ਹੈ ਮੈਂ ਤਾਂ ਪਹਿਲਾਂ ਕਹਿੰਦੀ ਮੈਂ ਉਹਦਾ ਸੌ ਸੌ ਉੱਠ ਗਿਆ ਸਤਿ ਸ਼੍ਰੀ ਅਕਾਲ ਤਾਂਬੇ ਉਹ ਬਾਬੇ ਮੈਂ ਤਾਂ ਥੱਕ ਗਈ ਮੈਂ ਤਾਂ ਆਰਾਮ ਪਾ ਬੋਲ ਕੀ ਹੋ ਗਿਆ ਪਕਾ ਲਈ ਸੂਈ ਭਈਆ ਹੁਣ ਤਾਂ ਨੀਂਦ ਬਸ ਉਤਰੂਗੀ ਕੀ ਹੋ ਗਿਆ ਨਾ ਆਈ ਦੀਵਾਨੀ ਵੰਡਾ ਸਰਕਾਰ ਜੰਦੇ ਪ੍ਰਧਾਨ ਜੀ ਬਣ ਗਿਆ ਨਾ ਆਈ ਨਹੀਂ ਮੈਂ ਇਹਦਾ ਉਹ ਚੱਕ ਲਿਆ ਕੀ ਪੜੇ ਦਾ ਕੇਕ ਫਾਰ ਮੰਨ ਤਾਂ ਪਾ ਉਹ ਕੇ ਬੈਜਾ ਕਰਾ ਤੋਂ ਨਾ ਲੱਗੇ ਆਈ ਮੈਂ ਨਾ ਇਨਸਾਨ ਪਹਿਲਾਂ ਇੱਕ ਜੇ ਕੋਈ ਕੀਤਾ ਆਹ ਨਹੀਂ ਖਾਣਾ ਹੈ ਆਹ ਨਹੀਂ ਉਹ ਲਾ ਹੋ ਇੱਕ ਇੱਕਾਂ ਬਸ ਲਾ ਦੇ ਆਹ ਨਹੀਂ ਮਿਲਦੀ ਅਸੀਂ ਬਣ ਗਿਆ ਕਿਤੇ ਨੀ ਛੱਡਦੇ ਸੱਚ ਛੇਤੀ ਖਾ ਲਈ ਕੋਈ ਨਾ 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 ਇੱਥੋਂ ਕਰ ਦੇਣਾ ਇੱਥੇ ਕੁਰਸੀ ਤੇ ਬਹਿ ਜਾ ਬੇਬੇ ਪੀਤੀਆ ਕੱਪ ਚੱਕ ਕੇ ਰਸੋਈ ਦਾ ਰੱਖਿਆ
ਔਰ ਐਡਰ ਐਡਰ ਹੋ ਜਾ ਤੇਈ 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 ਕੀ ਕਰੀ ਜਾਂਦਾ ਹੈ ਇਹਦਾ ਡੱਬਾ ਕੱਢ ਲਿਆ ਦੀ ਚੋ ਕਬੀਚੀ ਪਿਆ ਉਹ ਬੈਪੀ ਤੀ ਕੱਢ ਕੇ ਲਿਆ ਉਹ ਸੱਚ ਵਾਲਾ ਆ ਚਾਬੀ ਆ ਪਈ ਹੈ ਉਹਦਾ ਔਖਾ ਹੋਇਆ ਬੈਬੀ ਛੇਤੀ ਪਾਓ ਚ ਸਮਝ ਤੋਂ ਬਾਹਰ ਹੋਇਆ ਪਿਆ ਕੰਮ ਪਿੰਦਰਾ ਪੀਤੀ ਵਾਲੇ ਫੋਨ ਚ ਫੋਟੋ ਖਿੱਚਦੇ ਅੱਖ ਚ ਨਾ ਮਾਰ ਲਿਓ ਆ ਛੇਤੀ ਕਰੋ ਤੁਸੀਂ ਅਗਲੇ ਨੂੰ ਟੋਪੀ ਤੋਂ ਐਲਰਜੀ ਹੋ ਰਹੀ ਹੈ ਖੜਦਾ ਇੱਧਰ ਦਾ ਹਾਂ ਇੱਧਰ ਦਾ ਪੀਤੀ ਫੋਟੋ ਖਿੱਚ ਦੇ ਟੇਬਲ ਖਿੱਚ ਲਓ ਇਹ ਤਾਂ ਵਿਚਾਰੇ ਬੈਠਣਗੇ ਇਹਦੇ ਬਿਨਾਂ ਕੁਛ ਨਹੀਂ ਬਣਦਾ ਤਾਬੂ ਮਰਿਆ ਦੇ ਇੱਕ ਦੋ ਹੈਪੀ ਬਰਥਡੇ ਖੜਜਾ ਤਾਬੂ ਕਰੂਗੀ ਚੱਲ ਤਾਬੂ ਹੈਪੀ ਬਰਥਡੇ ਟੂ ਜੂ ਖਿਲਾ ਦੇ ਹੈਪੀ ਬਰਥਡੇ ਟੂ ਜੂ ਦੇਖਿਓ ਸੱਚ ਕਿਵੇਂ ਝੱਕ ਜਾਂਦਾ ਵੀ ਕੀ ਕਰ ਰਹੀ ਟੂ ਜੂ ਚਲੋ ਉਹ ਕਿਵੇਂ ਕਰਦਾ ਉਹਨੂੰ ਸਵਾਦ ਨਹੀਂ ਲੱਗਿਆ ਨਹੀਂ ਨਹੀਂ ਸਵਾਦ ਨਹੀਂ ਲੱਗਿਆ ਬਈ ਹਾਂ ਇਹਨੂੰ ਉੱਤੋਂ ਹੁਣ ਖਵਾਓ ਟੇਸਟ ਹੀ ਨਹੀਂ ਲੱਗਿਆ ਟੇਸਟ ਹੀ ਨਹੀਂ ਲੱਗਿਆ ਇਹਨੂੰ ਟੇਸਟ ਨਹੀਂ ਲੱਗਿਆ ਚੱਲ ਹੁਣ ਖਾਊਗਾ ਹੁਣ ਖਾਊਗਾ ਹਾਂ ਚਲੋ ਬਈ ਖਿੱਚਦੇ ਮਾਸੜ ਦੀ ਫੋਟੋ ਅਜੇ ਟੋਪੀ ਲਾ ਦੇ ਇਹਨੂੰ ਤਾਂ ਆਹ ਹੋ ਰਿਹਾ ਮੰਮੀ ਇਹਦੇ ਆ ਹੋ ਗਿਆ ਚੱਲ ਉਹ ਮੈਂ ਉਰੋਂ ਕਸੀ ਗਈ ਇਹਦੇ ਇਹਨੂੰ ਉਹ ਸਾਹਿਬਗੁਰ ਨੇ ਬਾਲਾ ਸਹਾਇਆ ਉਹਦੇ ਵੇਲੇ ਰੱਖੜੀਆਂ ਵੇਲੇ ਉਹ ਤਾਂ ਭੱਜਣ ਨੂੰ ਤਿਆਰ ਆ ਫੜ ਕੇ ਰੱਖਿਆ ਹੋਇਆ ਗੁੱਸਾ ਚੜੀ ਜਾਂਦਾ ਅਗਲੇ ਨੂੰ ਗੁੱਸਾ ਚਲੋ ਬਈ ਹੋਰ ਇਹ ਤਾਂ ਰਹੀ ਗਿਆ ਵੱਡਾ ਬੱਚਾ ਤਾਂ ਆਪਣਾ ਦੇਖੀ ਕਿਵੇਂ ਝਾਕਦਾ ਤੇਰੇ ਮੂੰਹ ਗਣੀ ਮੈਨੂੰ ਖਵਾਈ ਜਾਂਦੇ ਤੁਸੀਂ ਖੜਦਾ ਮਾਸੀ ਦੁਬਾਰਾ ਕਰੀ ਉਹ ਚਮਚਾਰੋਂ ਹੋ ਗਿਆ ਹੁਣ ਦੁਬਾਰਾ ਖਿੱਚ ਵੀ ਤੀ
ਇਹ ਚਲ ਚਲ ਆ ਜਾ ਬੇਬੇ ਬਾਬੂ ਤਾਂ ਆਹੀ ਵਿਚਾਲੇ ਬੈਠੀ ਆ ਵੀ ਮੈਂ ਸਾਰਿਆਂ ਤੋਂ ਖਾਊ ਵੀ ਸੱਚ ਕਹੀ ਕਹਿ ਚੱਕੋ ਹਾਂ ਦੇਖੀ ਦੇਖੀ ਉਹਦਾ ਕੁਲਵੀਰ ਕਣੀ ਐ ਕਰੀ ਜਾਂਦਾ ਸਾਰਾ ਦਿਨ ਚੀਜੀ ਗੱਲ ਇੰਦਰ ਨੂੰ ਐ ਕਰ ਕਰ ਰੱਖ ਦੋ ਪਰਾਂ ਕਰਦਾ ਚਮਚਾ ਦੇ ਚੱਲ ਬਿੰਦਰ ਤੂੰ ਵੀ ਜਾ ਫਿਰ ਤੂੰ ਆਹ ਫੋਨ ਦੀ ਫੋਨ ਬਗ ਜਾ ਇਹਦੀ ਸ਼ਰਟ ਨਾਭੀ ਆ ਪਾਹ ਫਿਲਟਰ ਲਾ ਲੂ ਚਿਉਂਦੇ ਚਿਉਂਦੇ ਕਰਤੇ ਫੋਨ ਚ ਤਾਂ ਮਿਰਚਾਈ ਮਿਰਚਾਈ ਉਹਦਾ ਪਹਿਲਾਂ ਅਗਲੇ ਨੂੰ ਦੇਣ ਤਾਂ ਸਵਾਦ ਨਹੀਂ ਲੱਗਿਆ ਬਾਈ ਕੇਕ ਓਏ ਮੈਨੂੰ ਸਵਾਦ ਨਹੀਂ ਲੱਗਿਆ ਉਹ ਮਿੱਠਾ ਖਾਂਦਾ ਨਾ ਇਹ ਥੋੜ੍ਹਾ ਜਿਹਾ ਉਹ ਹੈ ਚੱਲ ਪਿੰਦਰ ਹੁਣ ਆਹ ਕਰ ਲੈ ਪੀਤੀ ਦੀ ਫੋਟੋ ਖਿੱਚ ਦੇ ਪਿੰਦਰ ਫਿਰ ਖਾ ਲਿਓ ਬਾਅਦ ਚੋਂ ਫਿਰ ਖਾ ਲਿਓ ਕੱਟਣ ਵੇਲੇ ਦੇ ਦੀਦੀ ਉਹਦਾ ਹਸਪਤਾਲ ਵੱਲ ਸੱਚ ਉਹ ਹੜੂ ਲੈ ਸੱਚ ਉਧਰ ਦੇਖ ਸੱਚ ਉਹ ਹੋ ਗਈ ਉਹ ਗਈ ਦੀ ਮਮਾ ਮਿਆਉ ਬਸ ਹਾਂ 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 ਸੱਚ ਉਹ ਕੀ ਖਾਣਾ ਕਿਚੂ ਤੋਂ ਬਸ ਤਾਂ ਨਹੀਂ ਕਰੂਗਾ ਨਹੀਂ ਕਰੂਗਾ ਇੱਕ ਆ ਗਈ ਵਧੀਆ ਛੱਡ ਦੇ ਪਜਾ ਦੇ ਲੈ ਬੋਲ ਕੇ ਆ ਤੈਨੂੰ ਪਜਾ ਦੇਣਾ ਹੋਰ ਉਹਦਾ ਔਖਾ ਹੋਇਆ ਬੈਦੀ ਇੰਨਾ ਚਿਰ ਕਿੱਥੇ ਖੜਦਾ ਉਹ ਇਹ